सुरजीत हॉकी टूर्नामेंट 41वां वरेकंड हर साल की तरह इस साल भी बड़ी धूमधाम नाल मनाया जाता है। जिसकी गल करिए 19 तरीक तो लैके 26 तरीक तक टूर्नामेंट होंगे। पंजाब की पूरे वर्ल्ड दीयां टीमां हॉकी दीयां जलंधर दे विच हिस्सा लैणगियां। असीं इस टाइम खड़े हाँ सुरजीत हॉकी टूर्नामेंट जो सुरजीत हॉकी दीयां टीम दिखाईयां 19 तरीक तो कि मैच स्टार्ट होए हुए ने ते कि स्पोंसर है गाखल ब्रदर जो विनर टीम नूं वड्डी मात्रा दे विच जो है स्पोंसर करदे आ। साडे नाल है USA तो स्पैशल चल के सुरजीत हॉकी टूर्नामेंट ते पहुंचदे ने। पहले तो बहुत बहुत स्वागत है। बहुत बहुत स्वागत ਤੁਹਾਡਾ ਜਗਵਾਨ ਟੀਵੀ ਦਾ। ਅਸੀਂ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ ਸੁਰਜੀਤ ਹਾਕੀ ਸੁਸਾਇਟੀ ਨੂੰ ਜੋ ਸੁਰਜੀਤ ਦੀ ਯਾਦ ਵਿੱਚ ਹਾਕੀ ਟੂਰਨਾਮੈਂਟ ਹਰੇਕ ਸਾਲ ਕਰਵਾਉਂਦੇ ਆ। ਪਿਛਲੇ ਤਕਰੀਬਨ 16-17 ਸਾਲਾਂ ਤੋਂ ਅਸੀਂ ਵੀ ਇਸ ਟੂਰਨਾਮੈਂਟ ਨਾਲ ਜੁੜੇ ਹਾਂ। ਸਾਡੇ ਭਾਜੀ ਅਮੋਲਕ ਸਿੰਘ ਆਖਲ, ਪਰਵਿੰਦਰ ਸਿੰਘ ਆਖਲ ਅਤੇ ਇਕਬਾਲ ਸਿੰਘ ਆਖਲ ਜੋ ਹਮੇਸ਼ਾ ਹੀ ਖੇਡਾਂ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਜੁੜੇ ਰਹਿੰਦੇ ਆ। ਪਿਛਲੇ ਸਾਲ ਵੀ ਪਿਛਲੇ ਓਲੰਪਿਕ ਦੇ ਵਿੱਚ ਵੀ ਜਦੋਂ ਹਾਕੀ ਟੀਮ ਆਪਣੀ ਨੇ ਕਾਂਸੇ ਦਾ ਤਗਮਾ ਜਿੱਤਿਆ ਅਤੇ ਇਸ ਟੂਰਨਾਮੈਂਟ 'ਤੇ ਬੁਲਾ ਕੇ ਉਸ ਟੀਮ ਨੂੰ 5 ਲੱਖ ਰੁਪਈਆ ਦਿੱਤਾ ਅਤੇ ਕੁੜੀਆਂ ਦੀ ਟੀਮ ਨੂੰ ਵੀ 5 ਲੱਖ ਰੁਪਈਆ ਦਿੱਤਾ। ਅਤੇ ਇਸ ਵਾਰ ਵੀ ਜੋ ਟੂਰਨਾਮੈਂਟ 41ਵਾਂ ਟੂਰਨਾਮੈਂਟ ਇਹ ਹੋ ਰਿਹਾ ਇਸ ਵਿੱਚ ਵੀ ਸਾਡੇ ਪਰਿਵਾਰ ਵੱਲੋਂ ਪਹਿਲਾ ਇਨਾਮ 5.5 ਲੱਖ ਰੁਪਈਆ ਦਿੱਤਾ ਜਾਵੇਗਾ ਅਤੇ ਨਾਲ ਹੀ ਜੋ ਸਾਡੀ ਟੀਮ ਇੰਡੀਆ ਦੀ ਓਲੰਪਿਕ ਦੇ ਵਿੱਚੋਂ 3ਜੀ ਪਲੇਸ 'ਤੇ ਆਈ ਸੀ ਉਹਨੂੰ 5 ਲੱਖ ਰੁਪਈਆ ਵੀ ਦਿੱਤਾ ਜਾ ਰਿਹਾ। ਅਤੇ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਸੁਰਜੀਤ ਸੁਸਾਇਟੀ ਦਾ ਜਿਨ੍ਹਾਂ ਨੇ ਇਹ ਸਾਨੂੰ ਮੌਕਾ ਦਿੱਤਾ ਕਿ ਅਸੀਂ ਪੰਜਾਬ ਦੇ ਖਿਡਾਰੀਆਂ ਦੀ ਸੇਵਾ ਕਰ ਸਕੀਏ। ਹਰ ਸਾਲ ਤੁਸੀਂ ਪਹੁੰਚਦੇ ਹੋ USA ਤੋਂ ਚੱਲ ਕੇ ਸੁਰਜੀਤ ਹਾਕੀ ਟੂਰਨਾਮੈਂਟ ਦੇ ਵਿੱਚ ਪੂਰੇ ਮੈਚ ਵੀ ਦੇਖਦੇ ਹੋ, ਵਿਨਰ ਟੀਮ ਨੂੰ ਆਪਣੇ ਹੱਥੀਂ ਪੈਸੇ ਵੀ ਦਿੱਤੇ ਜਾਂਦੇ ਨੇ ਜੋ ਸੇਵਾ ਹੁੰਦੀ ਹੈ। ਅਤੇ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਯੂਥ ਨੂੰ, ਕੀ ਕਹਿਣਾ ਚਾਹੁੰਦੇ ਹੋ ਕਿਹੜਾ ਸਪੋਰਟ ਤੋਂ ਹਟ ਕੇ ਵੀ ਕਿਹੜਾ ਨਸ਼ੇ ਵੱਲ ਨੂੰ? ਕਿਉਂਕਿ ਸਪੋਰਟਸ ਹੀ ਇੱਕ ਇਹੋ ਜਿਹਾ ਜ਼ਰੀਆ ਆ, ਇੱਕ ਤਾਂ ਨਸ਼ੇ ਦਾ ਮਸਲਾ ਹੈ ਹੀ ਆ, ਦੂਜਾ ਜਿਹੜਾ ਸੋਸ਼ਲ ਮੀਡੀਆ 'ਤੇ ਆਪਾਂ ਦੇਖਿਆ ਕਿ ਹਰੇਕ ਦੇ ਹੱਥ ਦੇ ਵਿੱਚ ਬੱਚੇ ਦੇ ਮੋਬਾਈਲ ਫੜਿਆ, ਕਿਉਂਕਿ ਜੋ ਨਸ਼ੇ ਨਾਲ ਵੀ ਘਾਤਕ ਸਾਬਤ ਹੋ ਰਿਹਾ। ਜੇ ਆਪਾਂ ਉਹਨਾਂ ਨੂੰ ਗਰਾਊਂਡਾਂ ਦੇ ਵਿੱਚ ਲੈ ਆਵਾਂਗੇ, ਜਿਸ ਤਰ੍ਹਾਂ ਕਿ ਸੁਰਜੀਤ ਹਾਕੀ ਸੁਸਾਇਟੀ ਨੇ ਕੀਤਾ ਹੋਇਆ, ਇਹਨਾਂ ਨੇ ਤਕਰੀਬਨ ਪਿਛਲੇ 3 ਸਾਲ ਤੋਂ ਬੱਚਿਆਂ ਦਾ ਕੈਂਪ ਲਗਾਤਾਰ ਚੱਲ ਰਿਹਾ। ਉਹਦੇ ਨਾਲ ਸਾਡੇ ਪਿੰਡਾਂ ਤੋਂ ਵੀ ਕਾਫੀ ਬੱਚੇ ਇੱਥੇ ਹਾਕੀ ਖੇਡਣ ਆਉਂਦੇ ਆ, ਕਿਉਂਕਿ ਜਿਹੜਾ ਇੱਕ ਵਾਰੀ ਖੇਡਾਂ ਦੇ ਵਿੱਚ ਪੈ ਗਿਆ ਉਹ ਨਸ਼ਿਆਂ ਦੇ ਬਿਲਕੁਲ ਹੀ ਨੇੜੇ ਨਹੀਂ ਜਾਂਦਾ ਅਤੇ ਨਾਲ ਹੀ ਆ ਜਿਹੜੋ ਸਵੇਰੇ ਸ਼ਾਮ ਉਹਨੇ ਫੋਨ ਫੜਨੇ ਹੁੰਦੇ ਆ ਉਹਨਾਂ ਤੋਂ ਵੀ ਦੂਰ ਰਹਿੰਦਾ ਆ। ਅਤੇ ਸਾਡੇ ਪਰਿਵਾਰ ਦਾ ਵੀ ਇਹੀ ਆ ਕਿ ਅਸੀਂ ਵੱਧ ਤੋਂ ਵੱਧ, ਪਹਿਲਾਂ ਅਸੀਂ ਵੀ ਇੱਥੇ ਸ਼ੁਰੂ ਕੀਤਾ ਸੀ, ਗੋਲਡ ਜੈਮ ਅਸੀਂ ਲਿਆਉਂਦੇ ਸੀਗੇ ਇੰਡੀਆ ਦੇ ਵਿੱਚ, ਸਿਰਫ ਇਸੇ ਕਰਕੇ ਕਿ ਸਾਡੇ ਪੰਜਾਬ ਦੇ ਖਿਡਾਰੀਆਂ ਨੂੰ ਵੀ ਵਰਲਡ ਲੈਵਲ ਦੀਆਂ ਸਹੂਲਤਾਂ ਇੱਥੇ ਮਿਲਣ। ਹੁਣ ਵੀ ਅਸੀਂ ਜਲਦੀ ਫਿਰ ਦੁਬਾਰਾ ਜਿਮ ਚੇਨ ਸ਼ੁਰੂ ਕਰ ਰਹੇ ਹਾਂ ਜੀ। ਵੱਡਾ ਕਿਹੜਾ ਹੌਂਸਲਾ ਹੈ ਸੁਰਜੀਤ ਹਾਕੀ ਟੂਰਨਾਮੈਂਟ ਨੂੰ ਦਾਖਲ ਬ੍ਰਦਰ ਵੱਲੋਂ ਦਿੱਤਾ ਜਾਂਦਾ? ਸਾਡੇ ਨਾਲ ਸੁਰਿੰਦਰ ਪਾਪਾ ਜੀ ਹੈ। ਸੁਰਿੰਦਰ ਜੀ ਪਾਪਾ ਜੀ ਹਰ ਸਾਲ ਸੁਰਜੀਤ ਟੂਰਨਾਮੈਂਟ ਕਰਵਾਏ ਜਾਂਦੇ ਨੇ, ਤੁਹਾਡੀ ਦੇਖ ਦੇਖ ਨਜ਼ਰਾਂ ਦੇ ਵਿੱਚ ਹੁੰਦਾ, ਵੱਡੀਆਂ ਵੱਡੀਆਂ ਟੀਮਾਂ ਆਈਆਂ ਇੰਡੀਆ ਅਤੇ ਸਪੋਂਸਰ ਵੀ, ਲੱਕੀ ਡਰਾ ਵੀ ਤੁਹਾਡੇ ਵੱਲੋਂ ਕਿਹੜੇ ਐਂਡ ਦੇ ਟਾਈਮ ਕੱਢੇ ਜਾਂਦੇ? ਇਸ ਸਾਲ ਜਿਹੜਾ ਟੂਰਨਾਮੈਂਟ ਹੈ 41ਵਾਂ ਇੰਡੀਆ ਰੋਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਹੋ ਰਿਹਾ। ਇਹਦੇ ਜੇਤੂ ਟੀਮ ਨੂੰ ਜਿਹੜਾ ਗਾਖਲ ਸਾਹਿਬ ਦੱਸਿਆ ਵੀ 5.5 ਲੱਖ ਰੁਪਇਆ ਜੇਤੂ ਟੀਮ ਨੂੰ ਨਾਮ ਦਿੱਤਾ ਜਾ ਰਿਹਾ, ਉਪ ਜੇਤੂ ਨੂੰ 2.5 ਲੱਖ ਰੁਪਇਆ ਨਾਮ ਦਿੱਤਾ ਜਾ ਰਿਹਾ। ਉਹ ਆਪਣੇ AJ ਗਰੁੱਪ ਵੱਲੋਂ ਸਪੋਂਸਰ ਹੈ ਅਤੇ ਮੈਂ ਪਹਿਲਾਂ ਤਾਂ ਇੰਡੀਅਨ ਆਇਲ ਅਤੇ ਫਿਰ ਗਾਖਲ ਸਾਹਿਬ ਦਾ ਸੁਸਾਇਟੀ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਜਿਹੜਾ ਸਾਨੂੰ ਇੰਨਾ ਹਰ ਸਾਲ ਇਹ ਸਹਿਯੋਗ ਦਿੰਦੇ ਹਨ। ਇਸ ਵਾਰੇ ਜੋ ਫਾਈਨਲ ਹੈ 26 ਅਕਤੂਬਰ ਨੂੰ ਖੇਡਿਆ ਜਾਣਾ, ਦਰਸ਼ਕਾਂ ਲਈ ਵੀ ਆਪਾਂ ਅਸੀਂ ਇਨਾਮ ਰੱਖ ਰਹੇ ਹਾਂ ਜਿਹਦੇ ਵਿੱਚ TVS ਵੱਲੋਂ 3 ਮੋਟਰਸਾਈਕਲ, ਫਰਿੱਜ, TV ਹੋਰ ਇਨਾਮ ਦਿੱਤੇ ਜਾਣਗੇ। ਇਸ ਤੋਂ ਇਲਾਵਾ ਲੋਕਾਂ ਦੇ ਮਨੋਰੰਜਨ ਦੇ ਸਾਧਨ ਲਈ ਜਸਵੀਰ ਸਿੰਘ ਜੱਸੀ ਜਿਹੜੇ ਪੰਜਾਬੀ ਗਾਇਕ ਨੇ ਸਾਬਕਾ, ਪਰ ਬੜੇ ਮਸ਼ਹੂਰ ਨੇ ਅਤੇ ਉਹ ਵੀ ਵਿਸ਼ੇਸ਼ ਤੌਰ 'ਤੇ ਆ ਰਹੇ ਨੇ ਸਾਡੇ। ਬਾਬਾ ਗੱਲ ਕਰੀਏ ਟੋਟਲ ਕਿੰਨੀਆਂ ਟੀਮਾਂ ਨੇ ਭਾਗ ਲਿੱਤਾ? ਟੋਟਲ ਇਸ ਟੀਮ ਦੇ ਟੂਰਨਾਮੈਂਟ ਦੇ ਵਿੱਚ 18 ਟੀਮਾਂ ਟੋਟਲ ਸਾਡੇ ਕੋਲ ਭਾਗ ਲੈ ਰਹੀਆਂ ਨੇ। ਇਸ ਤੋਂ ਇਲਾਵਾ ਸਾਡੇ ਕੋਲ 5 ਟੀਮਾਂ ਇਸ ਵਾਰੀ ਸਟੈਂਡ ਬਾਈ ਸੀ, ਜੋ ਕਿ ਡਿਪਾਰਟਮੈਂਟ ਦਾ ਬੜਾ ਕਰੇਜ਼ ਹੁੰਦਾ, ਹਰ ਡਿਪਾਰਟਮੈਂਟ ਚਾਹੁੰਦਾ ਵੀ ਸਾਡੀ ਟੀਮ ਸੁਰਜੀਤ ਹਾਕੀ ਟੂਰਨਾਮੈਂਟ ਜ਼ਰੂਰ ਖੇਡੇ। ਇਸ ਸਾਲ ਵਿਸ਼ੇਸ਼ ਗੱਲ ਇਹ ਸੀ, ਇੱਕ ਨੌਜਵਾਨ ਟੀਮ ਬਣੀ ਇਨਕਮ ਟੈਕਸ ਡਿਪਾਰਟਮੈਂਟ ਦੀ ਆਲ ਇੰਡੀਆ ਲੈਵਲ ਦੀ, ਉਹਨਾਂ ਦੇ ਚੀਫ ਸਾਹਿਬ ਨੇ ਮੈਨੂੰ ਇੱਕ ਰਿਕੁਐਸਟ ਕੀਤੀ ਵੀ ਸਾਡੀ ਟੀਮ ਵੀ ਪਹਿਲੀ ਵਾਰੀ ਖੇਡਣਾ ਚਾਹੁੰਦੀ ਹੈ, ਇਹਨਾਂ ਨੂੰ ਐਂਟਰੀ ਦਿਓ। ਅਤੇ ਮੈਂ ਕਿਹਾ ਜੀ ਕੋਈ ਗੱਲ ਨਹੀਂ, ਅਸੀਂ ਉਹਨਾਂ ਨੂੰ ਭਾਵੇਂ ਨਾਕਆਊਟ 'ਤੇ ਰੱਖਿਆ, ਭਾਵੇਂ ਟੀਮ ਉਹ ਬਹੁਤ ਅੱਛੀ ਖੇਡੀ ਭਾਵੇਂ ਹਾਰ ਗਈ, ਪਰ ਉਹਦੇ ਵਿੱਚ ਨੌਜਵਾਨ ਖਿਡਾਰੀ ਭਰਤੀ ਹੋਣਾ, ਇਹ ਹੈ ਵੀ ਪੰਜਾਬ ਦੇ ਇੰਡੀਆ ਦੇ ਜਿਹੜੇ ਹਾਕੀ ਖਿਡਾਰੀ ਉਹਨਾਂ ਇੱਕ ਨੌਕਰੀ ਦਾ ਸਾਧਨ ਮਿਲ ਗਿਆ ਇਨਕਮ ਟੈਕਸ ਡਿਪਾਰਟਮੈਂਟ ਦੇ ਵਿੱਚ ਆਉਣ ਦਾ, ਮੈਂ ਉਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਟੀਮ ਬਣਾਈ। ਬਾਬਾ ਜੀ ਗੱਲ ਕਰੀਏ ਤੁਹਾਡੇ ਵੱਲੋਂ ਸੇਵਾ ਤਾਂ ਜ਼ਰੂਰ ਬੱਚਿਆਂ ਨੂੰ ਸਪੋਰਟਸ ਵੱਲ ਲਗਾਇਆ ਜਾ ਰਿਹਾ, ਇੱਦਾਂ ਹੀ ਤੁਹਾਡੇ ਵੱਲੋਂ ਲਗਾਤਾਰ ਕੈਂਪ ਮੈਚ ਤੋਂ ਇਲਾਵਾ ਵੀ ਬੱਚਿਆਂ ਨੂੰ ਸਿਖਾਇਆ ਜਾਂਦਾ ਹੈਗਾ, ਉਸ ਦੇ ਬਾਰੇ ਵੀ ਥੋੜ੍ਹਾ ਜਗਬਾਣੀ ਸਰੋਤਿਆਂ ਨੂੰ ਦੱਸਿਆ ਜਾਵੇ।
इस दे विच विशेष तौर पर गाखल साहब ने पहला दस्या तुहानू एक ना सी सवेरे 5:30 बजे एक ट्रेनिंग बच्चों का सेंटर चलता 100 बच्चा उस 5 साल तो लै गए 15 साल के बच्चे तक उस पार्टीसपेट करते आ गए कैंप च भाग लेंगे उन्होंने लिए विशेष 4 कोच रखे गए ने बच्चों ट्रेनिंग देंगे है उन्होंने किटा प्रोवाइड की गई फिर साल गाखल परिवार वालों सारे बच्चों एक एक ट्रैक्टर दिता गया सी ते मैनू आस है भी आने वाले समय से वो जरूर इस तरह की हैल्प करेंगे। ऐसा ही स्पोर्ट्स केड़ा नौजवान पिछे हटदा हुण लगदा है नौजवान हुण दोबारा तो स्पोर्ट्स वाल वापस मुड़दा नजर आ रहा तुहाडी बिल्कुल गल सही है हुण भारतीय टीम ने लगातार 2 ओलंपिक तीजे स्थान पर आया है उस दे नाल छोटे बच्चों काफ़ी क्रेज वध्या ते बच्चे भी उन्हां बच्चों तो सिक्ख्या लैके अपने आप नूं खेडां वाल जोड़ रहे हैं नशियां तो दूर हो रहे हैं ते मैं पंजाब सरकार नूं बेनती करदा कि खिडारियों नूं वध तों वध सहूलतां दित्तियां जाण उन्हां नूं जिहड़े बेसिक चीज़ां ने प्रोवाइड कीतियां जाण तां जिद्दां पिंडां दे विच ग्राउंडां दा विशेष प्रबंध किया जाए उत्थे जिद्दां पहलां समें दे विच स्कूलां विच DPI टीचर हुंदे सी ते मैं फिर बेनती करदा वी DPI टीचर हरेक स्कूल च उत्थे लवाया जिथे जिथे ग्राउंडां ने ते चालू कीता तां जो नौजवान पीढ़ी अपने नशियां तों दूर होकर खेडां वल ध्यान देवे। गलबात की गई है सुरिंदर बापा जी के नाल उन्होंने दसिया वड्डा जिहड़ा सुजीत हॉकी वालों 5 साल के बच्चों तो लैके 15 साल तक सवेर तो बच्चों फ्री के जो हाकी का स्पोर्ट्स है अलग अलग स्पोर्ट्स भावें हॉकी होवे बास्केटबॉल होवे वॉलीबॉल होवे कोई भी गेम होवे इत्थे फ्री सिखाई जाती है तो 100 के करीब बच्चों फ्री कैंप जिहड़ा सिखाया जाता तो उत्थे ही सुजीत हॉकी वालों हर साल की तरह इस साल भी 41वां वरेकंड जिहड़ा मनाया जा रहा है जिस दे विच 19 तरीक तो लैके 26 तरीक तक जो है हॉकी के मैच होंगे जिसके विनर टीम को 5 लाख 5.5 लाख रुपया रनर अप को 2.5 लाख रुपये का नाम किड़ा दिता जाएगा। कैमरामैन राहुल सोनू महाजन जगबनी TV जलंधर।